ਤੁਸੀਂ ਦੇਖ ਰਹੇ ਹੋ ਜੀ ਚੈਨਲ ਸਾਂਝਾ ਮੁੱਦਾ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੀਵਾਲੀ ਤੋਂ 2 ਦਿਨ ਪਹਿਲਾਂ ਭਗਵਾਨ ਧਨਵੰਤਰੀ ਜੀ ਨੂੰ ਸਮਰਪਿਤ ਹੁੰਦਾ ਹੈ ਧਨਤੇਰਸ ਔਰ ਇਸ ਦਿਨ ਲੋਕੀ ਸੋਨਾ ਖਰੀਦਦੇ ਹੈ ਚਾਂਦੀ ਖਰੀਦਦੇ ਹੈ ਤੇ ਨਾਲ ਹੀ ਘਰ ਦੇ ਲਈ ਨਵਾਂ ਬਰਤਨ ਨਵਾਂ ਭਾਂਡਾ ਜ਼ਰੂਰ ਖਰੀਦਦੇ ਹੈ ਔਰ ਸਵਾਣੀਆਂ ਜਿਹੜੀਆਂ ਨੇ ਆਪਣੇ ਘਰ ਦੀ ਰਸੋਈ ਦੇ ਵਿੱਚ ਜਿਹੜੀ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੋਵੇ ਜੇ ਜ਼ਰੂਰਤ ਨਾ ਵੀ ਹੋਵੇ ਤਾਂ ਵੀ ਸ਼ਗਨ ਦੇ ਤੌਰ ਤੇ ਕੋਈ ਨਾ ਕੋਈ ਨਵਾਂ ਬਰਤਨ ਜ਼ਰੂਰ ਖਰੀਦਦੀਆਂ ਨੇ ਔਰ ਇਸੇ ਕਰਕੇ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਜਲੰਧਰ ਦੀ ਮਸ਼ਹੂਰ ਭਾਂਡਿਆਂ ਵਾਲੇ ਬਾਜ਼ਾਰ ਦੇ ਵਿੱਚ ਜਿੱਥੇ ਜਿਹਨੂੰ ਆਪਾਂ ਬਰਤਨ ਮਾਰਕੀਟ ਵੀ ਕਹਿ ਸਕਦੇ ਹਾਂ ਜਿੱਥੇ ਤਰ੍ਹਾਂ ਤਰ੍ਹਾਂ ਦੇ ਭਾਂਡੇ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲੇਗੀ ਔਰ ਨਾਲ ਹੀ ਇਸ ਵੇਲੇ ਗਹਿਮਾ ਗਹਿਮੀ ਵੀ ਬਰਕਰਾਰ ਹੈ ਔਰ ਇਸ ਵੇਲੇ ਇਸ ਸਾਲ ਕਾਫੀ ਸਾਲਾਂ ਬਾਅਦ ਇਦਾਂ ਹੋਇਆ ਹੈ ਕਿ ਧਨਤੇਰਸ ਜਿਹੜੀ ਹੈ ਦੀਵਾਲੀ ਤੋਂ 1 ਦਿਨ ਪਹਿਲਾਂ ਆਈ ਹੈ ਤਾਂ ਵੀ ਲੋਕਾਂ ਦੇ ਚਿਹਰੇ ਦੇ ਉੱਪਰ ਰੌਣਕਾਂ ਬਰਕਰਾਰ ਨੇ ਔਰ ਲੋਕੀ ਇਸੇ ਤਰ੍ਹਾਂ ਹੀ ਇਸ ਵੇਲੇ ਧਨਤੇਰਸ ਦੀਆਂ ਖਰੀਦਾਰੀਆਂ ਕਰਨ ਲੱਗੇ ਹੋਏ ਨੇ ਲੇਡੀਜ਼ ਜਿਹੜੀਆਂ ਨੇ ਖਾਸ ਤੌਰ ਤੇ ਤੁਹਾਨੂੰ ਹਰੇਕ ਦੁਕਾਨ ਤੇ ਕਾਫੀ ਜ਼ਿਆਦਾ ਮਿਲ ਜਾਣਗੀਆਂ ਜਿਹੜੀ ਆਪਣੇ ਘਰਾਂ ਦੇ ਲਈ ਸਮਾਨ ਖਰੀਦਰੀਆਂ ਨੇ ਆਪਣੀ ਦੀਵਾਲੀ ਦੀ ਸ਼ਾਪਿੰਗ ਦੇ ਨਾਲ ਨਾਲ ਅੱਜ ਦੇ ਦਿਨ ਦੀ ਖਾਸ ਸ਼ਾਪਿੰਗ ਜਿਹੜੀ ਹੈ ਉਹ ਹੈ ਜੀ ਬਰਤਨ ਦੀ ਉਹ ਖਰੀਦਰੀਆਂ ਨੇ ਆਓ ਫਿਰ ਦੇਖਦੇ ਹਾਂ एक बर्तना वाली शॉप दे विच आए हुए हैं जिथे तरह तरह की वैरायटी तुसी देख सकते हो नॉन स्टिक तो लैके पुराना ट्रेडिशनल पित्तल दे भांडे कह दे भांडे जिन्हों आप कह दें स्टील दे भांडे हर तरह के बर्तन तुहानू इन्हां कोलों मिल जाएंगे जी। हाँ जी सर, किवें दा माहौल है इस वेले दिवाली का और शॉपिंग दे विच तुसी किदां दा उछाल देख रहे हो, कुछ फर्क महसूस होया तुहानू? बहुत अच्छा रिस्पोंस आ रहा है, ਕੋਰੋਨਾ ਪੈਂਡੈਮਿਕ ਤੋਂ ਬਾਅਦ ਵੀ ਉਮੀਦ ਨਹੀਂ ਸੀਗੀ, ਬਟ ਜਿੱਦਾਂ ਸਾਡਾ ਪਹਿਲਾ ਮਾਹੌਲ ਸੀਗਾ ਉਦਾਂ ਹੀ ਹੈ। ਕਾਫੀ ਅੱਛਾ ਰਿਸਪੋਂਸ ਹੈ, ਲੋਕੀ ਆਪਣਾ ਖਰੀਦਦਾਰੀ ਅੱਛੀ ਕਰ ਰਹੇ ਨੇ, ਕਾਫੀ ਅੱਛੇ ਬਰਤਨ ਲੈ ਰਹੇ ਹੈ। ਲੋਕਾਂ ਨੂੰ ਜਾਗਰੂਕ ਹੈਗਾ ਕਿ ਹੁਣ ਕੁਛ ਟ੍ਰੈਡੀਸ਼ਨਲ ਵਾਲੇ ਪਾਸੇ ਜਾਣਾ ਚਾਹੀਦਾ, ਕੁਛ ਕਾਪਰ ਕੁਛ ਬਰਾਸ ਦੇ। ਲੋਕੀ ਅੱਜ ਕੱਲ੍ਹ ਅਲਮੀਨੀਅਮ ਨੂੰ ਥੋੜ੍ਹਾ ਜਿਹਾ ਸ਼ਿਫਟ ਹੋ ਰਿਹਾ, ਅਵੋਇਡ ਹੋ ਕੇ ਦੁਬਾਰਾ ਪਿੱਤਲ ਵਾਲੇ ਪਾਸੇ ਆ ਰਹੇ ਹੈ। ਜਿਹੜੀ ਸਾਡੀ ਕਹਿ ਲਓ ਕਿ ਸਾਡੀ ਵਿਰਾਸਤ ਹੈਗੀ ਹੈ ਉਹਨੂੰ ਦੁਬਾਰਾ ਉਹ ਕਾਇਮ ਰੱਖ ਰਹੇ ਹੈ। ਜੀ ਬਿਲਕੁਲ ਜੀ, ਜਿਵੇਂ ਕਿ ਪੁਰਾਣੀ ਰਿਵਾਇਤ ਨੂੰ ਵੀ ਕਾਇਮ ਰੱਖਣਾ, ਟ੍ਰੈਡੀਸ਼ਨਲ ਦੇ ਨਾਲ ਨਾਲ ਮਾਡਰਨ ਹੋਣਾ ਵੀ ਜ਼ਰੂਰੀ ਹੈ। ਔਰ ਵਾਪਸ ਜੇ ਤੁਸੀਂ ਤਾਂਬੇ ਦੇ ਬਰਤਨ ਲੈਂਦੇ ਹੋ, ਕਹਿ ਦੇ ਭਾਂਡੇ ਬਰਾਸ ਦੇ ਬਰਤਨ ਲੈਂਦੇ ਹੋ ਤਾਂ ਉਹਦੇ ਨਾਲ ਤੁਹਾਡੀ ਸਿਹਤ ਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੁੰਦਾ ਹੈ। ਔਰ ਜਿਵੇਂ ਕਿ ਇਸ ਦੁਕਾਨ ਦੇ ਵਿੱਚ ਵੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਬਹੁਤ ਹੀ ਜ਼ਿਆਦਾ ਰੌਣਕ ਲੱਗੀ ਹੋਈ ਹੈ। ਧਨਤੇਰਸ 2 ਦਿਨ ਸੀ, ਕੱਲ੍ਹ 2 ਵਜੇ ਤੋਂ ਸ਼ੁਰੂ ਹੋ ਕੇ ਅੱਜ 2 ਵਜੇ ਤੱਕ ਚੱਲ ਰਹੀ ਹੈ ਧਨਤੇਰਸ। ਔਰ ਜਿੰਨੇ ਜਦੋਂ ਵੀ ਜਿੰਨੀ ਸ਼ਾਪਿੰਗ ਕਰਨੀ ਹੈ ਫਟਾਫਟ ਕਰ ਲਓ, ਸਮਾਂ ਹਾਲੇ ਬਾਕੀ ਹੈ। ਸੋ ਜੀ ਦੁਕਾਨ ਦੇ ਵਿੱਚ ਸਾਨੂੰ ਮਿਲੇ ਨੇ ਕੁਝ ਕਸਟਮਰ ਲੇਡੀਜ਼ ਜਿੱਦਾਂ ਤੁਸੀਂ ਦੇਖ ਰਹੇ ਹੋ, ਸੋ ਮੈਮ ਵੀ ਆਏ ਨੇ। ਮੈਮ ਹਰ ਸਾਲ ਖਰੀਦਦਾਰੀ ਕਰਦੇ ਹੋ? ਹਾਂਜੀ ਹਰ ਸਾਲ, ਹਰ ਮੰਥਲੀ। ਅੱਛਾ, ਹਰ ਮਹੀਨਾ ਕੋਲ ਰੈਗੂਲਰ ਕਸਟਮਰ ਹੈ। ਓਕੇ, ਰੈਗੂਲਰ ਕਸਟਮਰ ਨੇ, ਲੇਕਿਨ ਧਨਤੇਰਸ ਤੇ ਵੱਖਰਾ ਹੀ ਹੁੰਦਾ ਹੈ। ਸੋ ਹਰ ਵਾਰੀ ਹੁੰਦਾ ਹੈ ਕਿ ਕਿਚਨ ਦੇ ਵਿੱਚ ਕੋਈ ਨਾ ਕੋਈ ਚੀਜ਼ ਮੁੱਕੀ ਹੁੰਦੀ ਹੈ। ਧਨਤੇਰਸ ਸਾਡਾ ਪਾਵਨ ਤਿਉਹਾਰ ਹੈ ਜਿਹਨੂੰ ਅਸੀਂ ਬੜੀ ਸ਼ਰਧਾ ਤੇ ਪ੍ਰੇਮ ਨਾਲ ਮਨਾਉਂਦੇ ਹਾਂ। ਧਨਤੇਰਸ ਤੇ ਅਸੀਂ ਕੋਈ ਵੀ ਸ਼ੁਭ ਚੀਜ਼, ਸੋਨਾ, ਚਾਂਦੀ, ਪਿੱਤਲ, ਸਟੀਲ, ਆਪਣੀ ਆਪਣੀ ਜਿਸ ਤਰ੍ਹਾਂ ਤੁਹਾਡੀ ਹਾਂ ਉਹਦੇ ਅਕੋਰਡਿੰਗ ਤੁਹਾਡੇ ਕੋਲ ਜਿਸ ਹਿਸਾਬ ਨਾਲ ਤੁਸੀਂ ਪੈਸੇ ਖਰਚਣੇ ਆ ਉਸ ਹਿਸਾਬ ਨਾਲ ਹਰ ਕੋਈ ਉਸ ਚੀਜ਼ 'ਤੇ ਕੋਈ ਨਾ ਕੋਈ ਧਾਤੂ ਦੀ ਚੀਜ਼ ਲੈ ਕੇ ਜਾਂਦਾ ਆਪਣੇ ਘਰ, ਸ਼ੁਭ ਮੰਨਿਆ ਜਾਂਦਾ ਅਤੇ ਸਾਰਿਆਂ ਲਈ ਸ਼ੁਭ ਹੋਵੇ। ਜੀ ਬਿਲਕੁਲ ਜੀ, ਸੋ ਹੈਪੀ ਦੀਵਾਲੀ। ਹੈਪੀ ਦੀਵਾਲੀ ਜੀ, ਧਨਤੇਰਸ ਪਰਮਾਤਮਾ ਸਭ ਲਈ ਖੁਸ਼ੀਆਂ ਲਿਆਵੇ, ਸਭ ਖੁਸ਼ੀਆਂ ਭਰਿਆ ਬਤੀਤ ਕਰਨ। ਦੀਵਾਲੀ ਦੇ ਮੌਕੇ ਤੇ ਖਿੜੇ ਹੋਏ ਚਿਹਰੇ ਔਰ ਧਨਤੇਰਸ ਦੇ ਮੌਕੇ ਤੇ ਇਹ ਸਵਾਣੀਆਂ ਜਿਹੜੀਆਂ ਨੇ ਘਰ ਦੀਆਂ ਕੁਛ ਨਾ ਕੁਛ ਖਰੀਦ ਰਹੀਆਂ ਨੇ। ਹਾਂਜੀ, ਸੋ ਖਰੀਦਿਆ ਕੁਛ? ਹਾਂਜੀ ਹਾਂਜੀ, ਖਰੀਦ ਰਹੇ ਆ। ਬਾਰਗੇਨਿੰਗ ਵੀ ਚੱਲ ਰਹੀ ਨਾਲੋ ਨਾਲ? ਉਹ ਤਾਂ ਜ਼ਰੂਰੀ ਆ ਲੇਡੀਜ਼ ਲਈ। ਸੋ ਧਨਤੇਰਸ ਕਰਾਣੀਆਂ? ਜੀ ਬਿਲਕੁਲ। ਧਨਤੇਰਸ ਦੇ ਮੌਕੇ ਤੇ ਕੀ ਖਰੀਦਦੇ ਹੋ ਹਰ ਵਾਰ? ਅੱਜ ਦੇਣ ਲੈਣ ਲਈ ਗਿਫਟ ਖਰੀਦੇ ਆ, ਆਪਣੇ ਲਈ ਪਿੱਤਲ ਦਾ ਜਿਹੜਾ ਟ੍ਰੈਂਡ ਖਤਮ ਹੋ ਰਿਹਾ ਆ ਉਹ ਖਰੀਦ ਰਹੇ ਆ।
सो जी पित्तल जिहड़े भांडे ने एक टाइम सी लेडीज़ ने अपने सारे रसोईयां दे विच्चों पित्तल दे भांडे कढ़ के स्टील दे भांडे वाड़दे सी, लेकिन हुण रिवाज उलट हो गया है, हुण दोबारा तो स्टील नूं किचन दे विच हिस्सा पाया जा रहा। और ये जिहड़ा तांबा जिहड़ा ना उहनूं जिहनूं बाहर कढ़ दित्ता गया सीगा उहनूं वापस तो किचन दे विच लिआंदा जा रहा, लेकिन हुण थोड़ा जिहा महंगा कम पै रिहा। सो किन्ना क महंगा लगा है तुहानूं इह? हले रेट पुछया नहीं, महंगा तो बहुत है, करोना करके बहुत ज़्यादा दुनिया नू फर्क पै रहा, इनकम घट रही है, रेट वध रहे हैं, इस करके असं इन्हों बेचारियों कितना कहिए भी घटाओ घटाओ, इन्होंने भी रोटी खानी है जी। इस करके पिछले साल असं बाहर सी, इस बार इतने इंजॉय कर रहे हैं। सो दिवाली दे मौके ते सवाणियां जिहड़ियां ने तैयार बर तैयार होके बाजारां दे विच शॉपिंग करन आउंदियां ने, एक बहुत ही खूबसूरत लेडी मेरे नाल ने जी। सो दिवाली दी किन्नी क शॉपिंग हो गई ते किन्नी बाकी है? मैम बहुत ज्यादा कर चुके हैं और थोड़ी जी रह गई है। हां जी, उन दे लिए आए सीगे मार्केट च। हां जी, सफाइयां हो गईयां सारियां? हां जी हां जी, ओ तां पहले ही। हस्बैंड ने मदद कीती कि नहीं? नहीं खुद ही कीती है। सो करोना करके दिवाली ते किन्ना क असर देखन नूं मिलिया? बहुत ज्यादा। बहुत ज्यादा अपनी किचन दे नाल सो जी दिवाली दे मौके ते एक प्यारी जी होर कुड़ी सानू लब्भी है, ओ भी दिवाली दी शॉपिंग करन आए हो, मम्मा नाल आए हो? हां जी बिल्कुल, मम्मा नाल आई हां जी। सो की कुछ खरीदया ते किन्ना कम बाकी है? ऑलमोस्ट शॉपिंग जो क्लोथिंग एंड जो साडे अपने यूटेंसिल एंड ऑल जी, बस और कुछ नहीं। हो चुकी है या होनी है? ऑलमोस्ट हो चुकी है, बस थोड़ी बहुत बाकी है जो असि कॉस्मेटिक्स दी कर रहे हां। दिवाली दे सवाइयां वेले मम्मी दे अगे बहाने बनाए, फिर मम्मी ने अगे कदी पेट दर्द दी, कदी सिर दर्द दी, कदी बुखार दी गोली रख के इन्नी गल कही, आ चक तेरे सारे बहानियां दा लाज ते लग जा सफाई। नहीं नहीं, असीं दोनों बहुत कोऑपरेटिव है, एक दूजे ने एडजस्ट कर लीदा। कुड़ियां हुंदियां ने लेकिन बंदे जिहड़े ने ना उह बहाने जरूर मारदे ने। सो हैप्पी दिवाली मैम, धन तेरे। सेम टू यू, सेम टू यू, सेम टू यू। मौके ते खरीदारी लोगों की जारी है, खास तौर पर लेडीज़ जिहड़ियां ने वो बाज़ारां दे विच बर्तन खरीदन आईया हुई ने, कोई ना कोई मैटल की चीज़ जरूर खरीदनी शुभ मनी जाती है इस मौके पर। सो आओ गल करते हैं इन्हां दे नाल जिन्हां की शॉप है बर्तना वाले भांडिया वाले बाज़ार दे विच। हाँ जी, किदां दा रिस्पोंस मिल रहा है? मैम पिछले साल नालों बहुत घट रिस्पोंस है, 50% कस्टमर है मार्केट च। 50% है और करोना दे करके खास तौर पर। सो पिछलियां दिवालियां और अज दी दिवाली दे विच किन्ना 50% डिफरेंस है। तो तुहानू लगता है कि सानू ओ रिस्पोंस नहीं मिलिया, सो ए इदा एदी वजह तुसी किस चीज़ नू मनदे हो? सिर्फ करोना ही? मनी प्रॉब्लम बहुत है जी, मार्केट बिल्कुल मनी नहीं है, इस करके 3-4 महीने पहला बंद रही मार्केट, इस करके उहदे करके बहुत इफेक्ट है। हुण मार्केट दे विच बिल्कुल कस्टमर बिल्कुल सोच समझ के चीज़ ले रहा जो उहदी जरूरत दी है, कोई फालतू चीज़ बिल्कुल नहीं खरीद रहा। सो एक एक गल जो बहुत सारे दुकानदारों ने भी कही है करोना काल दे विच इन्हां दिनां दे विच भी कि माल नहीं आ रहा, तुहानूं माल दी सप्लाई होई कि नहीं? माल प्रॉपर जो नवी रेंज किस कस्टमर मांग रहे कुछ कोई बिल्कुल नहीं आ रही, जो पुराना जो स्टॉक पिया या माल पिछला पिया वा वही सेल हो रहा, नवी कोई आइटम ना है ना कोई कस्टमर की डिमांड तो है, पर माल नवा बिल्कुल भी नहीं आ रहा मार्केट। दुकान दे विच जाओ और उत्थे बर्तन खरीद दिया मोल भाव कर दिया लेडीज ना मिलन ये तो हो ही नहीं सकता। सो तुसी भी दोवें निकले हो है ना? सो तुसी दोवें 9-7 सौ? हाँ जी। सो ये तुहाडी पहली दिवाली है? नहीं, सेकंड ही है। सेकंड दिवाली है। सो मम्मा दे नाल तुसी आउंदे हो शॉपिंग करन, इस वारी और पिछली दिवाली दे विच किन्ना फर्क है? पिछली ते ऑफकोर्स तुहाडी पहली दिवाली। हाँ जी, करोना करके थोड़ा हो गया, मनी दी थोड़ी प्रॉब्लम हो गई आ, थोड़ा बाजारा च थोड़ा घट रश घट हो गया आ, करना किस तरह है वो थोड़ा मना रहे हैं। जरूरत जानी कि अज शगन दा वाला दिन है तो कहते चीज़ जरूर लैनी चाहिए ता निकले, वरना कुछ नहीं, किसी को कोई गिफ्ट वगैरह नहीं दे पा रहे, बहुत घट दे पा रहे हैं, सिर्फ रिश्तेदार एक दो बार दे देने और किसी ने कुछ नहीं देना। जिंदगी दे विच ना एक चीज़ की बहुत ही ज़्यादा अहमियत है, उहदे नाल वड्डे वड्डे काम हो जाते हैं, कोई जिहड़ी चीज़ जो तुहाडी फसी होवे ना वह भी निकल जाती है तो तुहाडे काम भी निकल जाते हैं, पता है वह की है?
चमचा, पर किसी का चमचा कदे ना बनो। लेकिन हाँ, ये लिश्क का चमचा जिहड़ा ना, ये तुसी लैना आ धनतेरस के मौके पर, तो तुहानू मिल जाएगा। और देखो कितना ज़्यादा चमक रहा है, जिस तरह ये बर्तन जिहड़े ने चमकते ने उसी तरह तुहाडे चेहरे पर चमक रहे, जिस तरह ये बर्तन खड़कते ने उसी तरह ही तुहाडे घरां दे विचों खड़क की आवाज़ आवे। लेकिन हाँ, वो कहिंदे ने ना दो भांडे खड़कते ही होंदे ने घरां दे विच, वो वाली खड़कनी चाहिए सानू, सिर्फ तुहाडे घरां दे विच प्यार होवे, मुहब्बत होवे, धनतेरस के मौके पर तुहाडे घरां दे विच खुशियां होण, भगवान धनवंतरी तुहाडे सारे दे उपर कृपा बनावे, तुसी भी कोई ना कोई धातु की चीज़ लिजा के उन्हां नू खुश करो, ते नाल साडे इस चैनल नू सांझा मुद्दा नू सबसक्राइब करना, लाइक करना, इस वीडियो नू शेयर करना बिल्कुल ना भुलना। सो मेरे वालों बाय बाय, सत श्री अकाल। सत श्री अकाल दोस्तों, मैं तुहाडा अपना फिरोज़ खान, हक सच दा सांझा मुहाज साझा मुद्दा चैनल नूं तुसी सारयां ने सबसक्राइब करना और बहुत सारा प्यार देना, लाइक करना, शेयर करना।